मेरे प्यारे वीरो, मेरे वालों सतपाल सिंह लंगोदेवा साबका थानेदार वालों तुहानू सारयां नू प्यार भरी सत श्री अकाल। अज दी जिहड़ी वीडियो आ वीरो, वो आपां पिछले 5-7 दिनां तों कोई एक दो गल्लां जिहड़ियां ज़्यादा मीडिया दे विच सोशल मीडिया ते आ रही हैं। एक तां सरदार कमर विजय प्रताप सिंह जी साबका आई जी उन्हां दी एक इंटरव्यू जिहड़ी बेअदबी वाले मुद्दे दे उत्ते चल रही है सुखराज सिंह दी बाबत, ते वीरो दूसरी जिहड़ी है डिब्रूगढ़ जेल तों आई हुई खबर, पता नहीं उहदे च सच की है ते उहदे विच झूठ की है। ते मैनूं एक दीप सिद्धू दे ग्रुप दे बंदे तों पता लगा सीगा वी कहिंदे वी उत्थे आपस विच लड़े नहीं अंदर, ते जिहड़ा पप्पू प्रीत है उहदे सट्टा सुट्टा वी मारियां, उहदे ते एलीगेशन इही वी तूं वी गदार निकल गया, जे निकल गया, वो निकल गया। असलीयत गल इह है, बाहर गल्लां कुछ होर आ रहियां। ते उहदे उत्ते अज श्रीमान तलवाड़ा जी अपना भाषण दे रहे सी वी मैं ਉਹਦਾ ਸਾਥ ਦਿੱਤਾ, ਮੈਂ ਇੱਥੇ ਕੀਤਾ, ਉਹ ਕੀਤਾ, ਪੰਥ ਨੂੰ ਇੱਕਮੁੱਠ ਹੋਣਾ ਚਾਹੀਦਾ, ਹੋਣਾ ਚਾਹੀਦਾ ਜੀ, ਅਸੀਂ ਵੀ ਕਹਿੰਦੇ ਬਿਲਕੁਲ ਹੋਣਾ ਚਾਹੀਦਾ, ਪਰ ਪੰਥ ਦੇ ਪਹਿਲਾਂ ਕੋਈ ਨਿਯਮ ਬਣਾ ਲਓ ਵੀ ਪੰਥ ਹੈ ਕਿਹੜਾ। ਇੱਕ ਤਾਂ SGPC ਵਾਲਿਆਂ ਦਾ ਪੰਥ ਹੈ, ਉਹ ਜੋ ਕੁਛ ਬੇਅਦਬੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਜੋ ਉਸ ਪੰਥ ਨੇ ਰੋਲ ਨਿਭਾਇਆ, ਉਹ ਮੈਂ ਆਉਣ ਵਾਲੇ ਦਿਨਾਂ 'ਚ ਸਾਰੀ ਉਹ ਵੀਡੀਓ ਤੁਹਾਡੇ ਸਾਹਮਣੇ, ਸਾਰੇ ਸੱਚਾਈ ਹੈ ਜੋ ਸੱਚ ਤੁਹਾਡੇ ਅੱਗੇ ਸਾਰਾ ਕੁਛ ਰੱਖੂੰਗਾ, ਕਿਉਂਕਿ ਮੈਂ ਨੌਕਰੀ ਦੌਰਾਨ ਕੋਈ ਗਲਤੀ ਕਰ ਸਕਦਾ, ਹੋਊਗੀ, ਪਰ ਮੈਂ ਕੋਈ ਗੁਨਾਹ ਨਹੀਂ ਕੀਤਾ। ਜਿਹੜਾ ਕਿਸੇ ਦੇ ਅੱਗੇ ਮੈਂ ਨੀਵੀਂ ਪਾਵਾਂ ਤਾਂ ਸੱਚ ਬੋਲਣ ਤੋਂ ਮੈਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਮੇਰੇ ਢਿੱਡ ਵਿੱਚ ਬਹੁਤ ਕੁਛ ਪਿਆ, ਕਿਉਂਕਿ ਮੈਂ ਬੇਅਦਬੀ ਦੇ ਨਾਲ, ਜਿਹੜਾ ਬੇਅਦਬੀ ਵਾਲਾ ਮਸਲਾ ਇਹ ਕੋਈ ਅੱਜ ਨਹੀਂ ਗਾ ਵੀ ਇਹ 2015 ਦੇ ਵਿੱਚ ਹੀ ਤਿਆਰ ਹੋਇਆ, ਇਹ 2007 ਤੋਂ ਇਹਦਾ ਮੁੱਢ ਬੰਨਿਆ ਗਿਆ। ਜਿਸ ਵੇਲੇ ਡੇਰਾ ਪ੍ਰੇਮੀ, ਸਭ ਤੋਂ ਪਹਿਲੀ ਡੇਰਾ ਪ੍ਰੇਮੀਆਂ ਦੀ ਝੜਪ ਜਿਹੜੀ 2008 ਦੇ ਵਿੱਚ ਮੋਗੇ ਹੁੰਦੀ ਹੈ, ਉਸ ਤੋਂ ਪਹਿਲਾਂ ਇੱਕ ਸਲਾਵਤਪੁਰੇ ਡੇਰੇ ਦੇ ਵਿੱਚ ਜਾਮ ਏ ਇੰਸਾ ਜਿਹੜਾ ਪਲਾਇਆ ਜਾਂਦਾ, ਉਹਦਾ ਇੱਕ ਇਸ਼ਤਿਹਾਰ ਅਜੀਤ ਅਖਬਾਰ ਵੱਲੋਂ, ਜਿਹੜਾ ਅੱਜ ਅਖਬਾਰ ਉਹ ਕਹਿੰਦੇ ਵੀ ਪ੍ਰੈਸ 'ਤੇ ਹਮਲਾ, ਅਤੇ ਜਿਹੜੀ ਉਹਦੀ ਸਪੋਰਟ 'ਤੇ ਗਏ ਨੇ, ਕੋਈ ਪਰਿਵਾਰ ਆ ਪੰਜਾਬ ਦੇ ਵਿੱਚ ਜਿਹਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ, ਉਹਨਾਂ ਦੀ ਜਦੋਂ ਅਜੀਤ ਅਖਬਾਰ ਦੇ ਇਸ਼ਤਿਹਾਰ ਪੂਰੇ ਪੇਜ ਦਾ ਆਉਂਦਾ, ਉਹਦੇ ਬਾਰੇ ਸਭ ਕੁਛ ਨੰਗਾ ਹੋ ਗਿਆ, ਪੁਸ਼ਾਕ ਕਿਹਨੇ ਦਿੱਤੀ, ਉਹਨੇ ਕਿਉਂ ਇਹ ਚੈਲੰਜ ਕੀਤਾ ਕੌਮ ਨੂੰ। ਚਲੋ ਠੀਕ ਹੈ, ਕੌਮ ਨੇ ਆਪਦਾ ਫਰਜ਼ ਨਿਭਾਇਆ, ਬਹੁਤ ਵਧੀਆ ਤਰੀਕੇ ਨਾਲ ਨਿਭਾਇਆ। ਉਸ ਵੇਲੇ ਤੋਂ ਜਿਹੜੀ ਇਹ ਬੇਅਦਬੀ ਦੀ ਨੀਂਹ ਇੱਕ ਰੱਖੀ ਜਾਂਦੀ ਹੈ, ਫਿਰ 8 ਦੇ ਵਿੱਚ ਪ੍ਰੇਮੀਆਂ ਅਤੇ ਸਿੱਖ ਸੰਗਤ ਦੀ ਝੜਪ ਹੁੰਦੀ ਹੈ, ਉਹਦੇ ਵਿੱਚ ਕਿਉਂਕਿ ਮੈਂ ਕਦੇ ਬਿਨਾਂ ਸਬੂਤਾਂ ਤੋਂ ਗੱਲ ਨਹੀਂ ਕਰਦਾ ਹੁੰਦਾ, ਮੈਂ ਤੁਹਾਨੂੰ ਉਦਣ ਪਹਿਲਾਂ ਵੀ ਇਹੀ ਬੇਨਤੀ ਮੇਰੀ ਵਾਰ ਵਾਰ ਤੁਹਾਡੇ ਚਰਨਾਂ 'ਚ ਹੁੰਦੀ ਹੈ, ਕਿਉਂਕਿ ਹੁਣ ਵੀ ਮੈਂ ਬੇਅਦਬੀ ਨਾਲ ਜੁੜਿਆ ਹੋਇਆ ਕਰਕੇ ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਨਿਗਿਆਈ ਤੋਂ ਜਾਣਦਾ। ਉਸ ਵੇਲੇ ਜਿਹੜੀ ਸਾਡੀ ਕਮੇਟੀ ਅਫਸਰਾਂ ਦੇ ਵੱਲੋਂ ਬਣਾਈ ਗਈ ਸੀ, ਜਿਹੜੀ ਜਿਹੜੀ ਆਪਣੀਆਂ ਸਿੱਖ ਜਥੇਬੰਦੀਆਂ ਨਾਲ ਤਾਲਮੇਲ ਕਰਦੀ ਸੀ, ਕਿਉਂਕਿ ਉਦੋਂ ਵੀ ਕਲੈਸ਼ ਬਹੁਤ ਵੱਡੇ ਹੋਏ ਸੀਗੇ, ਮੁੜ ਕੇ ਉਸ ਤੋਂ ਬਾਅਦ ਮੋਗੇ ਬੱਸਾਂ ਸਾੜੀਆਂ, ਵਾਗੇ ਪੁਰਾਣੇ ਮੋਗੇ, ਫਿਰ ਉਦੋਂ ਅੱਗੇ ਕੰਮ ਵੱਧਦਾ ਹੀ ਗਿਆ, ਉਹ ਕਿੰਨੇ ਦਲੇਰ ਹੁੰਦੇ ਗਏ, ਉਹ ਇੱਥੋਂ ਤੱਕ ਦਲੇਰ ਹੋ ਗਏ ਵੀ ਉਹ ਪੁਲਿਸ ਦੇ ਗੱਲ ਪੈਣ ਲੱਗੇ ਵੀ ਮਿੰਟ ਲਾਉਂਦੇ ਸੀ, ਕਿਉਂਕਿ ਮੈਂ ਉਸ ਵੇਲੇ ਸਾਬਤ ਸੂਰਤ ਹੁੰਦਾ ਸੀਗਾ, ਮੇਰੀ ਉਸ ਵੇਲੇ ਦੀ ਤਸਵੀਰ ਆ। ਇਸੇ ਤਰ੍ਹਾਂ ਹੀ ਜਿਹੜੇ ਡੇਰਾ ਪ੍ਰੇਮੀ ਮੁਲਾਜ਼ਮ ਸੀਗੇ ਪੁਲਿਸ ਦੇ, ਉਹ ਉਹਨਾਂ ਦੇ ਬੰਦਿਆਂ ਨਾਲ ਰਾਬਤਾ ਕਰਦੇ ਸੀ, ਫਿਰ ਜੋ ਕਿ ਹੱਲ ਵਿੱਚੋਂ ਨਿਕਲਦਾ ਸੀ, ਅਤੇ ਨਹੀਂ ਤਾਂ ਫਿਰ ਜਥੇਬੰਦੀਆਂ ਦੇ ਉੱਪਰ ਉਹਨਾਂ ਨੂੰ ਹੈਵੀ ਕਰਦੀ ਤੁਰੀ ਗਈ ਸਰਕਾਰ, ਅਤੇ ਜਿਹਦਾ ਰਿਜ਼ਲਟ 2015 'ਚ ਤੁਹਾਡੇ ਸਾਹਮਣੇ ਆ। ਹੁਣ ਦੂਸਰੀ ਗੱਲ ਵੀਰੋ, ਇੱਥੇ ਇੱਕ ਤਿੰਨ ਭਾਵਨਾਵਾਂ ਇਨਸਾਨ ਦੀਆਂ ਕੰਮ ਕਰਦੀਆਂ, ਇੱਕ ਹੁੰਦੀ ਹੈ ਸ਼ਰਧਾ, ਇੱਕ ਹੁੰਦਾ ਵਿਸ਼ਵਾਸ, ਇੱਕ ਹੁੰਦਾ ਭਰੋਸਾ। ਸਿੱਖ ਦੀ ਸ਼ਰਧਾ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ, ਆਪਣੇ ਗੁਰੂ ਸਾਹਿਬਾਨ 'ਤੇ, ਜੋ ਗੁਰੂ ਸਾਹਿਬਾਨ ਨੇ ਸਾਡੇ ਖਾਤਰ ਗੁਰਬਾਣੀ ਦੇ ਵਿੱਚ ਜੋ ਬਚਨ ਸਾਡੇ ਵਾਸਤੇ ਕੀਤਾ, ਉਹ ਸਾਡਾ ਵਿਸ਼ਵਾਸ ਹੈ। ਵਿਸ਼ਵਾਸ ਕਿਉਂਕਿ ਜਾਂ ਤਾਂ ਹੁੰਦਾ ਹੈ ਅਤੇ ਜਾਂ ਨਹੀਂ ਹੁੰਦਾ।
ਸ਼ਰਧਾ ਵੀ ਅੱਜ ਤੁਹਾਡੀ ਕਿਤੇ ਇੱਥੇ ਹੈ, ਕੱਲ ਨੂੰ ਕਿਤੇ ਹੋਰ ਜਾ ਸਕਦੀ ਹੈ, ਪਰ ਵਿਸ਼ਵਾਸ ਜਿਹੜਾ ਹੁੰਦਾ ਜਾਂ ਤਾਂ ਕੀਤਾ ਜਾਂਦਾ ਜਾਂ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਸ਼ਰਧਾ ਅਤੇ ਵਿਸ਼ਵਾਸ ਦੇ ਵਿੱਚੋਂ ਫਿਰ ਭਰੋਸਾ ਕੀਤਾ ਜਾਂਦਾ। ਹੁਣ ਜਿਹੜੇ ਗੁਰੂ ਸਾਹਿਬ ਦੀ ਖਾਤਰ ਕੰਮ ਕਰਨ ਵਾਲੀਆਂ ਸੰਗਤਾਂ ਜਿਹੜੀਆਂ ਗੁਰੂ ਦੇ ਆਸ਼ੇ ਅਨੁਸਾਰ ਚੱਲਦੀਆਂ, ਉਹਨਾਂ ਦਾ ਦੇ ਵਿਸ਼ਵਾਸ ਦੇ ਤੌਰ 'ਤੇ ਫਿਰ ਸਾਡਾ ਕਿਹਾ ਭਰੋਸਾ ਵੱਜਦਾ ਉਹਨਾਂ ਲੋਕਾਂ 'ਤੇ ਵੀ ਇਹ ਲੋਕ ਜਿਹੜੇ ਆ ਗੁਰੂ ਸਾਹਿਬ ਦੀ ਗੱਲ ਕਰਦੇ ਆ, ਇਹ ਚੰਗੇ ਲੋਕ ਆ, ਇਹਨਾਂ 'ਤੇ ਸਾਡਾ ਭਰੋਸਾ ਵੱਜਦਾ। ਹੁਣ ਅੱਜ ਭਰੋਸਾ ਕਿਹਦੇ ਉੱਤੇ ਕੀਤਾ ਜਾਂਦਾ? ਹੁਣ ਪਹਿਲੀ ਗੱਲ ਮੈਂ ਤਲਵਾੜੇ ਤੋਂ ਸ਼ੁਰੂ ਕਰਦਾ। ਪਹਿਲਾਂ ਤਾਂ ਜਦੋਂ ਉਹਦਾ ਐਕਸੀਡੈਂਟ ਹੁੰਦਾ ਮੈਂ ਇਹਨੂੰ ਫੋਨ ਕਰਦਾ, ਇਹਨੇ ਮੈਨੂੰ ਕੋਈ ਨਿਆਂ ਨਹੀਂ ਦਿੱਤਾ, ਉਹ ਰਿਕਾਰਡਿੰਗ ਬਹੁਤ ਵੀਰਾਂ ਨੇ ਸੁਣੀ ਹੈ। ਦੂਸਰੀ ਗੱਲ ਜਿਹੜੀ, ਹੁਣ ਤਲਵਾੜਾ ਜੀ ਇਹਦਾ ਜਵਾਬ ਤੁਸੀਂ ਦੇ ਸਕਦੇ ਹੋ ਤਾਂ ਜ਼ਰੂਰ ਦਿਆ ਜੀ, ਕਿਉਂਕਿ ਮੈਂ ਤਰਕ ਨਹੀਂ ਕਰਦਾ ਹੁੰਦਾ, ਮੈਂ ਤਾਂ ਉੱਥੋਂ ਸਵਾਲ ਦਾ ਜਵਾਬ ਮੰਗਿਆ। ਉਸ ਰਿਕਾਰਡਿੰਗ ਦਾ ਜਵਾਬ ਤੁਸੀਂ ਅਜੇ ਤੱਕ ਨਹੀਂ ਦਿੱਤਾ। ਮੈਂ ਮੋਹਾਲੀ ਵੀ ਗਿਆ ਸੀ, ਤੁਸੀਂ ਉੱਥੋਂ ਮੈਂ ਪੱਤਰਕਾਰਾਂ ਨੂੰ ਕਿਹਾ ਸੀ ਵੀ ਹੈਗਾ ਤਾਂ ਤੁਸੀਂ ਸੀਗੇ ਉੱਥੇ, ਪਰ ਤੁਸੀਂ ਕਿਤੇ ਚਲੇ ਗਏ ਬਾਅਦ 'ਚ। ਉਸ ਤੋਂ ਬਾਅਦ ਤੁਸੀਂ ਦੀਪ ਸਿੱਧੂ ਨਾਲ ਕਿਸੇ ਜੰਗਲ ਦੇ ਵਿੱਚ ਕਿਤੇ ਫਿਰ ਰਹੇ ਹੋ, ਜੰਗਲ ਨੁਮਾ ਜਗ੍ਹਾ ਉਹ, ਉੱਥੇ ਦੀਪ ਸਿੱਧੂ ਇੱਕ ਗੱਲ ਕਰਦਾ, ਕਿਉਂਕਿ ਮੈਂ ਪੁਲਿਸ ਅਫਸਰ ਹਾਂ, ਮੈਂ ਗੱਲ 'ਚੋਂ ਗੱਲ ਕੱਢਦਾ। ਉਹ ਗੱਲ ਕਰਦਾ ਕਿ ਵੀ ਜੇ ਇਹੋ ਜਿਹੀ ਥਾਂ 'ਤੇ ਕਿਤੇ ਹਥਿਆਰਾਂ ਧੁਰਾਂ ਦੀ ਟ੍ਰੇਨਿੰਗ ਦੇਣ ਨੂੰ ਵੀ ਬੜੀ ਵਧੀਆ ਥਾਂ ਹੈ। ਤੁਸੀਂ ਉਹਦੀ ਰਿਕਾਰਡਿੰਗ ਕੀਤੀ, ਰਿਕਾਰਡਿੰਗ ਤਾਂ ਤੁਸੀਂ ਬਹੁਤ ਕੀਤੀ ਸੀ, ਉਹ ਰਿਕਾਰਡਿੰਗ ਕਿਵੇਂ ਹੋਈ? ਕਲਿੱਪ ਤੁਸੀਂ ਇੰਨਾ ਹੀ ਚਲਾਇਆ ਵੀ ਜੇ ਇੱਥੇ ਹਥਿਆਰਾਂ ਧੁਰਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਬੜਾ ਵਧੀਆ ਬਾਬਾ ਥਾਂ ਹੈ। ਉਹ ਕਲਿੱਪ ਤੁਸੀਂ ਕਿਹਦੇ ਕਹਿਣ 'ਤੇ ਚਲਾਇਆ, ਵਾਇਰਲ ਕਿਉਂ ਕੀਤਾ? ਕਿਉਂਕਿ ਤੁਸੀਂ ਦੋਨੇ ਹੀ ਸੀ ਉੱਥੇ, ਤੀਜਾ ਬੰਦਾ ਜਿਹੜਾ ਤੁਹਾਡੀ ਉੱਥੇ ਕੈਮਰੇ ਦੇ ਉੱਤੇ ਮੂਵੀ ਵੀਡੀਓ ਤੁਹਾਡੀ ਬਣਾ ਰਿਹਾ ਸੀ, ਉਹ ਥੋੜ੍ਹਾ ਜਿਹਾ ਦੂਰ ਸੀ, ਉੱਥੋਂ ਰਿਕਾਰਡਿੰਗ ਨਹੀਂ ਸੀ ਉਹ ਗੱਲ ਹੋ ਸਕਦੀ ਜਿੱਥੇ ਦੀਪ ਸਿੱਧੂ ਨੇ ਗੱਲ ਕਹੀ ਸੀ। ਉਹ ਰਿਕਾਰਡਿੰਗ ਤੁਸੀਂ ਆਪਣੇ ਈਅਰਫੋਨ ਜਿਹੜੇ ਸੀ ਉਹ ਆਪਣੀ ਜੇਬ 'ਚ ਪਾਏ ਹੋਏ ਸੀ ਫੋਨ ਦੇ ਨਾਲ ਜੋੜ ਕੇ, ਉਹ ਰਿਕਾਰਡਿੰਗ ਤੁਸੀਂ ਨਾਲ ਫਿਰਦਿਆਂ ਨੇ ਕੀਤੀ, ਫੋਟੋ ਤਸਵੀਰ ਵੀਡੀਓ ਉਸ ਮੁੰਡੇ ਨੇ ਬਣਾਈ, ਉਨੀ ਕਲਿੱਪ ਤੁਸੀਂ ਵਾਇਰਲ ਕੀਤੀ। ਉਸ ਕਲਿੱਪ ਦਾ ਖਮਿਆਜ਼ਾ ਜਦੋਂ ਉਹਦੀ ਗ੍ਰਿਫਤਾਰੀ ਹੁੰਦੀ ਆ ਉਹਨੂੰ ਬਹੁਤ ਵੱਡੀ ਕੀਮਤ 'ਚ ਹੋਣੀ ਪਈ ਉਸ ਕਲਿੱਪ ਦੀ, ਵੀ ਕਿਹੜੇ ਹਥਿਆਰਾਂ ਦੀ ਤੁਸੀਂ, ਤੁਹਾਡਾ ਕੀ ਅੱਗੇ ਮੂਵਮੈਂਟ ਹੈ, ਇਹ ਤੇਰੇ ਵਰਗੇ ਬੰਦੇ ਉਸ ਜੇਕਰ ਦੀਪ ਸਿੱਧੂ ਜਿਉਂਦਾ ਰਹਿੰਦਾ ਤਾਂ ਸਭ ਤੋਂ ਪਹਿਲਾਂ ਉਹਨੇ ਤੈਨੂੰ ਆਪਣੇ ਗਰੁੱਪ 'ਚੋਂ ਬਾਹਰ ਕੱਢ ਵੀ ਦਿੱਤਾ ਸੀ, ਤੈਨੂੰ ਜਨਤਕ ਤੌਰ 'ਤੇ ਉਹਨੇ ਕੱਢਣਾ ਸੀ, ਪਰ ਬਦਕਿਸਮਤੀ ਉਹ ਨੌਜਵਾਨ ਦੁਨੀਆ ਤੋਂ ਚਲਾ ਗਿਆ, ਤੇਰੇ ਵਰਗੇ ਬੰਦੇ ਮੁੜ ਕੇ ਉਹਦਾ ਨਾਂ ਵੇਚਣ 'ਤੇ ਤੁਰ ਪਏ ਔਰ ਅੱਜ ਤੱਕ ਤੁਸੀਂ ਵੇਚ ਰਹੇ ਹੋ, ਕਿਉਂਕਿ ਉਹ ਬੰਦਾ ਇੱਕ ਪੜ੍ਹਿਆ ਲਿਖਿਆ ਇਨਸਾਨ ਸੀਗਾ, ਕਿਉਂਕਿ ਉਹਨੂੰ ਝੂਠ ਨਹੀਂ ਸੀ ਬੋਲਣਾ, ਉਹਦੀ ਇਹੀ ਕਮੀ ਸੀ, ਇਹੀ ਕਮੀ ਉਸ ਵੇਲੇ ਦੇ ਵਿਦਵਾਨ ਕਹਿੰਦੇ ਸੰਤ ਜਰਨੈਲ ਸਿੰਘ ਦੇ ਵੇਲੇ ਦੇ, ਉਹ ਕਹਿੰਦੇ ਉਹਨੂੰ ਝੂਠ ਨਹੀਂ ਸੀ ਬੋਲਣਾ। ਇਹ ਦੋ ਗੱਲਾਂ ਉਹਦੀਆਂ ਜੁੜਦੀਆਂ ਕਿਉਂਕਿ ਉਹਨੇ ਸੰਤਾਂ ਨੂੰ ਪੜ੍ਹਿਆ। ਹੁਣ ਦੂਸਰਾ ਆ ਜਾਓ ਜੀ ਸਰਦਾਰ ਬਲਵਿੰਦਰ ਸਿੰਘ ਸਿੱਖੋ, ਉਹਨਾਂ ਦੇ ਨਾਲ ਇੱਕ ਪ੍ਰਦੀਪ ਸਿੰਘ ਨਾਂ ਦਾ ਸ਼ਖਸ ਜਿਹਨੇ ਸਭ ਤੋਂ ਮਾੜੀ ਭਾਸ਼ਾ ਜੱਜ ਸਾਹਿਬਾਨਾਂ ਦੇ ਪ੍ਰਤੀ, ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਜਨਤਕ ਤੌਰ 'ਤੇ ਬੋਲੀ, ਅਤੇ ਸਰਦਾਰ ਬਲਵਿੰਦਰ ਸਿੰਘ ਸਿੱਖੋ ਜੀ ਨੇ ਉਹਦਾ ਸਟੈਂਡ ਲਿਆ, ਉਹਦੇ ਪਿੱਛੇ ਪੂਰਾ ਸਟੈਂਡ ਲੈ ਕੇ ਖੜ੍ਹੇ, ਅਤੇ ਜਦੋਂ ਕੋਰਟ ਆਫ ਕੰਟੈਂਪਟ ਉਹਨਾਂ ਦੇ ਉੱਤੇ ਲਾ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਬੜੈਲ ਜੇਲ੍ਹ 'ਚ, ਅਤੇ ਪ੍ਰਦੀਪ ਜੀ ਮਾਫ਼ੀ ਕਿਹੜਿਆਂ ਵੇਲਿਆਂ ਦੀ ਮੰਗ ਕੇ ਆਪਣੇ ਘਰ ਜਾ ਕੇ ਖਮੋਸ਼ ਜ਼ਿੰਦਗੀ ਜਿਉਂਦੇ ਆ, ਕਿਉਂਕਿ ਇਹ ਲੋਕ ਮੈਂਟਲੀ ਤੌਰ 'ਤੇ ਪ੍ਰਪੇਅਰ ਨਹੀਂ ਹੁੰਦੇ, ਇਹਨਾਂ ਨੇ ਇੰਨਾ ਕੁ ਕੁਛ ਹੀ ਕਰਨਾ ਹੁੰਦਾ ਅਤੇ ਇੰਨੀ ਕੀ ਇਹਨਾਂ ਦੀ ਦੌੜ ਭੱਜ ਹੁੰਦੀ ਹੈ। ਜਿਵੇਂ ਅੱਜ ਦੇ ਕੁਛ ਵਿਦਵਾਨ ਆ ਉਹਨਾਂ ਨੂੰ ਰੋਜ਼ ਕੋਈ ਨਾ ਕੋਈ ਮੁੱਦਾ ਚਾਹੀਦਾ, ਭਲਾ ਰੂੜੀ ਰਾਹ 'ਚ ਹੀ ਲੱਗੀ ਹੋਵੇ ਉਹਦਾ ਵੀ ਮੁੱਦਾ ਚਾਹੀਦਾ, ਅਤੇ ਉਹਦਾ ਵੀ ਟਾਰਗੇਟ ਇਹਨਾਂ ਨੇ ਮੁੱਖ ਮੰਤਰੀ ਦੀ ਕਰਨਾ, ਇਹ ਫਿਤਰਤ ਬਣ ਚੁੱਕੀ ਹੈ ਨਾ, ਜਿਹਨੇ ਰੂੜੀ ਲਾਈ ਹੈ ਉਹ ਉਹਦੇ ਕੋਈ ਜ਼ਿੰਮੇਵਾਰੀ ਨਹੀਂ, ਜਿਸ ਪਿੰਡ 'ਚ ਲੱਗੀ ਹੈ ਜਿਸ ਰਾਹ 'ਤੇ ਲੱਗੀ ਉਸ ਪਿੰਡ ਦੀ ਜ਼ਿੰਮੇਵਾਰੀ ਨਹੀਂ, ਸਿੱਧੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਾ ਦੇਣੀ ਹੈ, ਜਿਹਨੂੰ ਸੜਕਾਂ ਤੋਂ ਰੂੜੀ ਜਾਵੇ ਮੁੱਖ ਮੰਤਰੀ ਹਟਾਉਣਾ। ਹੁਣ ਤੀਸਰੀ ਅੰਮ੍ਰਿਤਪਾਲ ਦੀ, ਜਿਹੜਾ ਇਹਦੇ ਨਾਲ ਉਹ ਬਿਕਰਮਜੀਤ ਸਿੰਘ ਜਿਹੜਾ ਇਹਦਾ ਗੜਬਈ ਸੀ, ਇੱਕ ਲੜਕੀ ਦੇ ਮਸਲੇ ਤੋਂ ਰੌਲਾ ਪੈਂਦਾ ਇਹਨਾਂ ਦਾ, ਜਿੱਥੋਂ ਵਰਿੰਦਰ ਸਿੰਘ ਨੂੰ ਕੁੱਟਿਆ ਜਾਂਦਾ, ਉਸ ਤੋਂ ਬਾਅਦ ਅੱਜ ਬਿਕਰਮਜੀਤ ਹੁਣੀ ਕਿੱਥੇ ਬੈਠੇ ਆ, ਤੂਫਾਨ ਸਿੰਘ ਨਾਂ ਰੱਖਣ ਦਾ ਤੂਫਾਨ ਨਹੀਂ ਬੰਦਾ ਲਿਆ ਦਿੰਦਾ, ਉਹ ਕਿੱਥੇ ਬੈਠੇ ਆ, ਉਹਨਾਂ ਦੀ ਬਦੌਲਤ ਉਹਦੀ ਕੁੱਟਮਾਰ ਦੇ ਸੰਬੰਧ 'ਚ ਪਰਚਾ ਹੋਇਆ ਜਨਾਲੇ, ਉਹਦੇ ਸੰਬੰਧ 'ਚ ਵਹੀਰ ਜਨਾਲੇ ਲੈ ਕੇ ਜਾਣੀ, ਜਿਨ੍ਹਾਂ ਬੰਦਿਆਂ ਨੇ ਪੁਆੜਿਆਂ ਦੀ ਜੜ ਸੀਗੇ ਉਹ ਤਾਂ ਅੱਜ ਘਰਾਂ 'ਚ ਬੈਠੇ ਆ, ਉਹ ਡਿਬਰੂਗੜ੍ਹ ਬੈਠੇ ਆ, ਅਤੇ ਅੱਜ ਉਹ ਮਾਨਸਿਕ ਤੌਰ 'ਤੇ ਟੁੱਟ ਚੁੱਕੇ ਆ ਉੱਥੇ, ਐਵੇਂ ਜਿੰਨੀਆਂ ਮਰਜ਼ੀ ਹਵਾ 'ਚ ਗੱਲਾਂ ਕਰੀ ਚੱਲੋ, ਜੇਲ੍ਹਾਂ ਬੰਦੇ ਨੂੰ ਤੋੜ ਦਿੰਦੀਆਂ। ਹੁਣ ਤੀਸਰੀ ਗੱਲ ਆ ਜੋ ਮੇਰੇ ਵਾਲੀ, ਕੋਰਟ ਪੂਰਾ ਬੇਅਦਬੀ ਦਾ ਚਲਾਨ ਟੂ ਕੋਰਟ ਹੁੰਦਾ, 14-3 ਨੂੰ ਦੋਸ਼ੀਆਂ ਦੀ ਜ਼ਮਾਨਤ ਲੱਗਦੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਦੋਸ਼ੀ ਕੌਣ ਹੈ,
तो मैं उस केस गवा। असी आपकी पहली जंग जित के आपके जने आए थे उत्थे कोटकपुरे रोटी खान लगे, तो मेरे नाल जिहड़ा बंदा ही बैठे उन्होंने भी मेरी फोटो एक किसी होर मुद्दे नाल जोड़ के मेरी वायरल की। सानू कोई फर्क नहीं पिया उस तस्वीर वायरल होने के नाल, क्योंकि मैं किहड़ा कोई ठेके के हाथे ते बैठा सी जां किसी मैं उहो जिहे किसी इंसानां दे नाल बैठा सी जिन्हां करके साडी धौण नीवी हो गई। मैनूं तां माण है मैं बेअदबी दा केस लड़ रहे वकीलां नाल बैठा, तो जो बंदा सरकार दे वल्लों साडे नाल सरकार वल्लों साडी कड़ी दा काम करदा सिट नाल साडे नाल सरकार नाल वह जिम्मेवार बंदा सरदार बलतेज सिंह पन्नू, मैंने तो माण है उस बंदे ते। कोई उन्हें कुछ कहिंदा कुछ कहिंदा, क्योंकि बेअदबी वाले मसले च जिन्ना उस बंदे ने साडा साथ दिता जिन्ना गुरु साहब का साथ दिता गुरु साहब आप जानते हैं, असी की दसना उन्हें उहदे बारे। साढ़े नालों सरकार बनने तो पहला का बंदा बलविंदर सिंह सिखों की जिस वेले डिसमिस किए किसी ने इंटरव्यू नहीं की, सिर्फ बलदेव सिंह पन्नू दी लत्तां भार झलियां जो इंटरव्यू की है कांग्रेस की सरकार से उस वे, असी तो उदों दे उस बंदे नूं जाणदे हां। उस तो पिछों उहदे उहने जिहड़े शहीद होए खाड़कू परिवारां दे नाल उहने बंदे ने किड्डी वड्डी हमदर्दी है उहदी, उहने एक प्रोग्राम अतीत दे परछावें जिहदे विच उन्होंने खाड़कूआं दे घर बना के दित्ते, खाड़कूआं दे परिवारां बच्चिआं दीआं फीसां तक भरीआं, उन्होंने इलाज कराने उन्हों की हर पक्षों बह फड़नी, जिमें मैं उदा किली बोदला परिवार उन्होंने कोई मसला से इन्होंने नाल शेयर किया दसा मिनटा च हल करवाया। साढ़े वास्ते तो यार बंदा बहुत चंगा इंसान है, किसी वास्ते कुछ भी हो सकता। हूँ वो अगली जी गल मैं मेरे हजे टाइम नहीं लग्या, मैं बिजी सगा दरबार साहब जाके वो गल करनी जिन्हें सवाल करना उत्थे करो, क्योंकि गनाह नहीं किया दम रख दिया सच बोलूंगा सच कह जे है इन्होंने गलों के जवाब तो ये लोग जरूर देन। इस तो अगली वीडियो एम के धर की किताब के पहला श्रोमणी कमेटी के तख्तों के उत्ते बैठे जिम्मेवार लोग यह स्पष्ट कर किन्ने जसूस अजे भी उत्थे बैठे है जेडे आई बी दे टकसाल की तो छोड़ो चलो तो आपका वखरा उन्होंने मैटर वह जो कुछ थोड़े सामने है ये सानू तख्तों के उत्ते बैठे जिम्मेवार नहीं। मैं वो किताब के पन्ना नंबर सारी थोनों डिटेल दसूंगा, नहीं है केस कर एम के धरते भी उन्हें एक गल गलत लिखी है, ये थोड़े आने वाले दिन थोड़े अगे सारा कुछ लेके आऊंगा। वाहेगुरु जी का खालसा वाहेगुरु जी की फतह। वशीकरण करवाओ मन चाहा प्यार पाओ, गेट एक्स लव बैक इन योर लाइफ। परेशानी जिम्मे प्यार धोखा खोया प्यार वापस पाना, प्रेम व्याली माता पिता नु मनाना, सौतन दुश्मन तो छुटकारा, लाठी नंबर पाओ 649 जा होवे लोटो मैच। दुखी भैन भरा एक बार जरूर संपर्क करो, मैं तुहानू खून दे हंजू नहीं रोन देवांगा। नमस्कार, पहला मेरा किते भी लव मैरिज नु लेके काम नहीं बन रहा सी, फिर मैंने किसी ने इस बारे दसिया, मैं उन्होंने कोल गई तो मेरा काम भी बनया। उस तो पहला मैं बहुत बाबियां कोल धक्के खाए, बहुत थावां ते गई, पर मेरा कितने भी कोई काम नहीं बनया। तो जेकर तुसी भी अपना लव मैरिज का कोई काम कराना है तो इन्हों जरूर संपर्क